ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਇੱਥੇ ਤੁਹਾਡਾ ਆਪਣਾ ਪ੍ਰਾਸ਼ ਸੰਧੂ। ਅੱਜ ਆਪਾਂ ਚੱਲੇ ਹਾਂ CN ਟਾਵਰ ਵੇਖਣ, ਤੇ ਆਈ ਹੋਪ ਤੁਹਾਨੂੰ ਮੇਰੇ ਇੱਥੋਂ ਦੇ ਵਲੋਗ ਬਹੁਤ ਘੈਂਟ ਲੱਗਣ ਦੇ ਹੋਣਗੇ। ਬਾਕੀ ਮੈਂ ਜਿੱਦਣ ਦਾ ਕੈਨੇਡਾ ਆਇਆ ਨਾ, ਉਦਣ ਦੀ ਮੈਂ ਪਹਿਲੀ ਵਾਰੀ ਇੱਥੇ ਧੁੱਪ ਵੇਖੀ, ਬਾਕੀ ਬਹੁਤ ਘੈਂਟ ਲੱਗਣ ਦਿਆ ਧੁੱਪ ਸੇਕ ਕੇ। ਤੇ ਇਹ ਵਾਲਾ ਜਿਹੜਾ ਵਿਊ ਆ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ, ਇਹ ਵਿਊ ਹੀ ਤੇ ਇੰਜੋਏ ਕਰਨ ਆਏ ਹਾਂ। ਵਿਊ ਚੈੱਕ ਕਰੋ ਤੇ ਆਹ ਗੱਡੀ ਚੈੱਕ ਕਰੋ ਤੁਸੀਂ, ਕਿਆ ਬਾਤ ਹੈ। ਬਾਕੀ ਤੁਸੀਂ ਵਿਊ ਚੈੱਕ ਕਰੋ ਯਾਰ, ਬਹੁਤ ਸੋਹਣਾ ਲੱਗ ਰਿਹਾ। ਅਤੇ ਆਹ ਮੇਰਾ ਵੀਰ ਮੈਨੂੰ ਲੈਣ ਆ ਗਿਆ, ਕਿਉਂਕਿ ਮੇਰਾ ਪ੍ਰੈਸਟ ਪ੍ਰੁਸ਼ਟ ਕੱਖ ਨਹੀਂ ਬਣਿਆ, ਆਹ ਵਿਚਾਰੇ ਮੇਰਾ ਖਰਚਾ ਚੁੱਕਣ ਦਿਆ ਜੀ। ਜਿਹੜੀ ਦੂਜੀ ਗੱਲ, ਮੇਰੇ ਵਾਲ ਵੂਲ ਇਗਨੋਰ ਕਰਦੇ ਆ ਜੀ, ਕਿ ਤੁਸੀਂ ਆਹ ਚੈੱਕ ਕਰੋ, ਆਹ ਕਿੱਡਾ ਘੈਂਟ ਜਿਹਾ ਲੱਗਣ ਦੇ ਨਾ, ਆਹ ਨੀਲਾ ਨੀਲਾ ਜਿਹੜਾ ਇੱਥੋਂ ਦਾ ਆਸਮਾਨ ਹੈ। ਓਏ ਹੋਏ ਹੋਏ, ਕਿਆ ਬਾਤ ਹੈ ਵੀਰੇ। ਬਾਕੀ ਇੱਥੇ ਫੋਟੋ ਸ਼ੂਟ ਬਹੁਤ ਘੈਂਟ ਹੋਏਗਾ। ਆ ਜੇ ਵੁਡਨ ਬ੍ਰਿਜ, ਅਤੇ ਆਹ ਬਤਕਾਂ ਬੁਤਕਾਂ ਜੀਆਂ ਨੇ, ਪਾਣੀ ਪੂਰਾ ਭਰ ਭੁਰ ਕੇ ਚੱਲਣ ਦਿਆ, ਬਹੁਤ ਬਿਊਟੀਫੁੱਲ ਹੈ। ਆਹ ਵਿਊ ਚੈੱਕ ਕਰੋ, ਕਿਉਂ ਇੱਧਰ ਵੀ ਆਹ ਪੇੜ ਪੂੜ ਜਿਹੇ ਜੰਗਲ ਜੁੰਗਲ ਜਿਹਾ ਬਣਿਆ ਪੂਰਾ, ਐਡਾ ਦਿਮਾਗ ਖਰਾਬ ਹੈ। ਇੱਥੇ ਲੈ ਗਿਆ ਅੱਗੇ ਪਾਣੀ ਭਰਿਆ ਪਿਆ, ਵਾਹ ਯਾਰ ਵਾਹ ਮੇਰੇ ਯਾਰ। ਕੀ ਯਾਰ ਜੇ ਇੰਝ ਕਰਦਾ ਕਲੈਰਿਟੀ ਨਹੀਂ ਆਉਂਦੀ, ਇੰਝ ਕਰਦਾ ਤਾਂ ਆਉਂਦੀ ਹੈ। ਅੱਜ ਮੈਨੂੰ ਕਨੇਡਾ ਵਧੀਆ ਲੱਗਾ, ਜਿੱਦਣ ਦਾ ਮੈਂ ਆਇਆ ਉੱਦਣ ਦਾ ਇੰਨਾ ਵਧੀਆ ਨਹੀਂ ਸੀ ਲੱਗਾ। ਅੱਜ ਕਿਉਂ ਲੱਗਿਆ? ਕਿਉਂਕਿ ਅੱਜ ਧੁੱਪ ਨਿਕਲੀਏ ਐਂਡ ਅੱਜ ਬਿਊਟੀ ਮੈਨੂੰ ਵੇਖ ਲਈਏ। ਉਵੇਂ ਭਾਵੇਂ ਧੁੱਪ ਨਿਕਲੀਏ ਲੇਕਿਨ ਮੇਰੇ ਹੱਥ ਅਲਕਲ ਕੇ ਠੰਡੇ ਹੁੰਦੇ ਨੇ, ਮੈਨੂੰ ਠਰਨਦੇ ਨੇ ਹੱਥ ਲੈ ਵੀ। ਅਤੇ ਵੇਖ ਲਓ ਇੰਝ ਦੀ ਬਿਊਟੀ ਜੇ ਇੱਧਰ ਦੀ, ਇੰਝ ਦੇ ਘਰ ਨੇ, ਮਤਲਬ ਘਰ ਜ਼ਿਆਦਾਤਰ ਨਾ ਜਿੰਨੇ ਮੈਂ ਵੇਖਣੇ ਇਕੁਅਲ ਜੇ ਹੀ ਨੇ। ਜਿਵੇਂ ਆਪਾਂ ਇਹ ਘਰਾਂ ਦੀ ਗੱਲ ਕਰੀਏ, ਵੇਖੋ ਇਕੁਅਲ ਜੇ ਨੇ। ਆਈ ਥਿੰਕ ਇਹ ਨਾ ਸਨੋ ਸਨੂ ਪਿਘਲੀ ਤਾਂ ਕਰਕੇ ਹੋ ਸਕਦਾ ਕਿੰਨਾ ਪਾਣੀ ਪਾਣੀ ਹੋ ਗਿਆ, ਪਰ ਗੱਲਾਂ ਛੱਡੋ, ਆ ਕਿੰਨੇ ਸੋਹਣੇ ਨੇ, ਵਾਓ। ਤੋ ਅਸੀਂ ਅੱਧੇ ਰਾਹ ਪਹੁੰਚ ਗਏ ਸੀ ਐਂਡ ਦੀਦੀ ਕੋਲ ਆਏਗੀ, ਮੈਂ ਵੀ ਨਾਲ ਜਾਣਾ, ਇਸ ਲਈ ਆਪਾਂ ਫਿਰ ਰੁਕ ਗਏ। ਹੁਣ ਦੀਦੀ ਆਉਣਗੇ ਫਿਰ ਉਹਨਾਂ ਦੇ ਨਾਲ ਹੀ ਚੱਲਾਂਗੇ। ਬਾਕੀ ਤੁਹਾਨੂੰ ਇੱਥੇ ਪਾਰਕ ਵਿਖਾਉਂਦੇ ਹਾਂ, ਅਸੀਂ ਉਨੀ ਦੇਰ ਪਾਰਕ 'ਚ ਬਹਿਣ ਲੱਗੇ ਹਾਂ। ਜੇ ਰੱਖਦੇ ਜੇ ਕੁੱਤੇ ਕਾਤੇ, ਆਹ ਪਾਰਕ 'ਚ ਇੱਥੇ ਬੱਚਿਆਂ ਦੇ ਖੇਡਣ ਦਾ ਬਣਾਇਆ ਹੋਇਆ, ਬਾਕੀ ਬਹੁਤ ਸੋਹਣਾ ਬਣਾਇਆ ਹੋਇਆ। ਅਤੇ ਉਹ ਆਈ ਥਿੰਕ ਉਹ ਹੈ ਸਕੂਲ। ਅੰਕੁਸ਼ ਬਹਿ ਜਾ, ਮੈਂ ਲੈ ਕੇ ਚੱਲ ਤੋ ਤੇਰੇ ਕੋਲ, ਪ੍ਰੈਸਟੋ ਬਚੇਗਾ। ਬਾਕੀ ਉਹ ਸਕੂਲ ਜੇ, ਅਤੇ ਤੁਸੀਂ ਆਹ ਚੈੱਕ ਕਰ ਲਓ ਵਿਊ, ਬਹੁਤ ਹੀ ਸੋਹਣਾ ਲੱਗਣ ਦਿਆ। ਅਤੇ ਉੱਥੇ ਵਾਲੀਬਾਲ ਦੇ ਖੇਡਣ ਦਾ ਬਣਾਇਆ ਹੋਇਆ, ਵਾਈਡ 'ਚ ਤੁਹਾਨੂੰ ਪਾਰਕ ਵਿਖਾ ਦੇਣਾ, ਅਤੇ ਚੈੱਕ ਕਰ ਲਓ ਕਿਵੇਂ ਦਾ ਵਿਊ ਹੈ। ਵਾਹ ਵਾਹ ਰੌਣਕਾਂ ਨੇ ਯਾਰ ਇੱਥੇ ਦੇ, ਓਹੋ ਕਿਆ ਬਾਤ ਹੈ। ਬਾਕੀ ਛੱਡੋ, ਸਾਨੂੰ ਆਹ ਬੋਲ ਲੱਭ ਗਈ, ਹੁਣ ਅਸੀਂ ਖੇਡਾਂਗੇ, ਕਿਆ ਬਾਤ ਹੈ। ਲਓ ਜੀ ਦੀਦੀ ਵੀ ਨਾਲ ਆ ਗਏ ਨੇ ਐਂਡ ਨਾਲ ਮੇਰੇ ਅੰਕੁਸ਼ ਵੀ ਹੈ। ਬਾਕੀ ਤੁਹਾਨੂੰ ਇੱਕ ਮੰਦਿਰ ਵਿਖਾਵਾਂ, ਬਹੁਤ ਫੇਮਸ ਆ ਇੱਥੇ ਬ੍ਰੈਂਪਟਨ 'ਚ, ਤਾਂ ਉਹ ਮੰਦਿਰ ਜੇ ਆਹ ਵਾਲਾ, ਆਈ ਡੋਂਟ ਨੋ ਇਹ ਮੰਦਿਰ ਦਾ ਕੀ ਨਾਮ ਹੈ, ਬਟ ਬਹੁਤ ਜ਼ਿਆਦਾ ਫੇਮਸ ਮੰਦਿਰ ਹੈ ਆ। ਅਤੇ ਹੁਣ ਆਪਾਂ ਬੱਸ ਫੜਨੇ ਹਾਂ, ਲੈਟਸ ਸੀ ਕਿਹੜੀ ਬੱਸ ਫੜਨੀ ਹੈ। ਇੱਕ ਬੱਸ ਵੈਸੇ ਆਪਾਂ ਆਲਰੇਡੀ ਕੱਢ ਚੁੱਕੇ ਹਾਂ, ਮਿਸ ਕਰ ਲਈਏ, ਮਿਸ ਹੋ ਗਈ ਉਹ ਵਾਲੀ। ਚਲੋ ਇੱਕ ਹੋਰ ਬੱਸ ਆ ਗਈ, ਸ਼ਾਇਦ ਇੱਥੇ ਜਾਣਾ ਆਪਾਂ। ਅਜੇ ਉਹ ਮੰਦਿਰ ਜਿਹੜਾ ਬਹੁਤ ਫੇਮਸ ਹੈ, ਇੱਧਰ ਪੇੜ ਨੇ ਮੈਂ ਵਿਖਾ ਨਹੀਂ ਪਾਉਂਦਾ, ਤੁਸੀਂ ਐਂ ਹਿਸਾਬ ਲਾ ਲਓ। ਤਾਂ ਇੱਥੇ ਆਪਾਂ ਬੱਸ ਲੈ ਲਈ ਸੀ ਬਟ ਮੈਂ ਵੋਇਸ ਰਿਕਾਰਡ ਕਰਨੀ ਭੁੱਲ ਗਿਆ। ਸੋ ਆਪਾਂ ਕੁਈਨ ਸਟਰੀਟ 'ਤੇ ਆ ਗਏ ਹਾਂ, ਮੇਨ ਹਾਈਵੇ ਆਈ ਥਿੰਕ। ਆਹ ਵਿਊ ਵੇਖੋ ਤੁਸੀਂ, ਆਹ ਬੱਸ ਸਟੋਪ ਹੈ, ਇਹਦੇ ਅੰਦਰ ਹੀਟਰ ਵੂਟਰ ਵੀ ਲੱਗੇ ਹੁੰਦੇ ਨੇ। ਉਹ ਜੀ ਆਪਾਂ ਬਹਿ ਗਏ ਹਾਂ ਬੱਸ 'ਚ ਵੀ, ਨਾ ਆਪਾਂ ਸਿੱਧਾ ਚੱਲੇ ਹਾਂ ਟੋਰੋਂਟੋ। ਬਾਕੀ ਤੁਸੀਂ ਰਾਹ ਦੇ ਵਿੱਚ ਜਿੰਨਾ ਵੀ ਵਿਊ ਆਏਗਾ ਉਹ ਸਾਰਾ ਇੰਜੋਏ ਕਰਦੇ ਰਹੋ। ਜੀ ਆਪਣਾ ਸਟੋਪ ਵੀ ਝੱਟ ਹੀ ਆ ਗਿਆ, ਅਸੀਂ ਇੱਕ ਲੋਕੇਸ਼ਨ 'ਤੇ ਆਏ ਹਾਂ ਜਿੱਥੋਂ ਅਸੀਂ ਟੋਰੋਂਟੋ ਦੀ ਬੱਸ ਫੜਾਂਗੇ ਐਂਡ ਬਾਕੀ ਇੱਥੇ ਠੰਡ ਲੱਗ ਰਹੀ ਹੈ, ਇਹ ਤਾਂ ਬਹੁਤ ਟਾਈਮ ਲਾ ਰਹੀ, ਆਪਾਂ ਐਂ ਹੀ ਟੁਰ ਪੈਂਦੇ ਹਾਂ। ਐਂ ਟਿਕਟ ਪਹਿਲਾਂ ਲਈ ਦੀ ਹੈ,
ਫੋਨ ਨਹੀਂ ਸਕੈਨ ਹੋ ਗਿਆ ਅਤੇ ਇੱਥੇ ਆ ਗਈਆਂ ਸਾਡੀਆਂ ਟਿਕਟਾਂ। ਅੱਡ ਦੀ ਟਿਕਟ ਆ ਗਈ ਹੈ ਅਤੇ ਇਹਨਾਂ ਦੇ ਚੱਲ ਜਾਣੇ ਨੇ ਪ੍ਰੈਸਟੋ। ਆਓ ਵਾਓ ਕਿੱਡਾ ਬਿਊਟੀਫੁੱਲ ਵਾਲਾ। ਬਾਕੀ ਤਾਂ ਪਤਾ ਨਹੀਂ, ਇੱਥੇ ਡੈਲੀ ਮੈਟਰੋ ਵਾਲੀ ਫੀਲਿੰਗਾਂ ਜ਼ਿਆਦੀਆਂ ਹੁੰਦੀਆਂ ਨੇ। ਥੱਲੇ ਹੀ ਜਾਈ ਜਾਂਦੇ ਆ ਉਦੋਂ ਦੇ। ਚੈੱਕ ਕਰੋ ਖੋਲਦੇ ਨਾ। ਸੋ ਜੀ ਅਸੀਂ ਸਬਵੇ 'ਚ ਬਹਿ ਗਏ ਹਾਂ, ਬਾਕੀ ਲੇਟ ਹੋ ਗਿਆ ਸੀ, ਇਹਦੇ ਬੂਹੇ ਬੰਦ ਹੋਣ ਲੱਗ ਗਏ ਹਨ। ਬਾਕੀ ਹੁਣ ਆਈ ਥਿੰਕ ਟਨਲ ਦੇ ਵਿੱਚ ਚੱਲਣ ਦੀ ਹੈ, ਬਾਹਰ ਦਾ ਤਾਂ ਜਮ੍ਹਾਂ ਕੱਖ ਨਹੀਂ ਵੇਖਣ ਦਿਆ। ਸਕਾਈ ਟ੍ਰੇਨ ਵਰਗੀ ਅੰਦਰ ਉਹਦਾ ਪੂਰੀ, ਅਤੇ ਥੋੜ੍ਹਾ ਡਿਫਰੈਂਸ ਆ ਹੈ ਜਿਵੇਂ ਆਪਾਂ ਨੂੰ ਸਰੀ 'ਚ ਸਕਾਈ ਟ੍ਰੇਨ ਚੱਲਦੀ ਸੀ ਹੈ ਨਾ, ਅਤੇ ਵੈਂਕੂਵਰ ਆਪਾਂ ਜਾਣਾ ਹੁੰਦਾ ਸੀ, ਅਤੇ ਇੱਥੇ ਜੇ ਆਪਾਂ ਟੋਰੋਂਟੋ ਵਗੈਰਾ ਜਾਣਾ ਤਾਂ ਆਪਾਂ ਇਹ ਵਾਲੀਆਂ ਟ੍ਰੇਨਾਂ ਲੈਣੀਆਂ ਨੇ, ਮੈਟਰੋ ਵਾਂਗੂ ਹੀ ਆ, ਅੰਡਰਗਰਾਊਂਡ ਹੀ ਜਾਣੀ ਹੈ। ਸੀਟ 'ਤੇ ਪਿਆ ਮਿਲਿਆ, ਬਣਿਆ ਕੀ ਹੈ ਆ, ਆਈ ਥਿੰਕ ਐਵੇਂ ਖਲੋਏਗਾ ਕਿ ਐਵੇਂ ਖਲੋਏਗਾ। ਆਹ ਦੋ ਇਹਨੂੰ ਮਿਲੇ ਨੇ, ਆਹ ਕੀ ਬਣਿਆ ਹੈ ਪਤਾ ਨਹੀਂ ਕੀ ਕੀ ਚੀਜ਼ਾਂ ਲੱਭਦਾ ਰਹਿੰਦਾ, ਆਪਣਾ ਫੋਨ ਲੱਭੀ ਜਾਂਦਾ ਫੋਨ ਮੇਰੇ ਕੋਲ। ਫਾਈਨਲੀ ਆਪਾਂ ਪੜ ਗਏ ਹਾਂ ਸਟੇਸ਼ਨ 'ਤੇ, ਹੁਣ ਵੇਖਦੇ ਹਾਂ ਸੀ ਐਨ ਟਾਵਰ ਕਿੰਨਾ ਟਾਈਮ ਲੱਗਦਾ ਜਾਣ 'ਚ। ਬਾਕੀ ਦੂਰੋਂ ਤਾਂ ਵੇਖਣ ਦਿਆ ਸੀ, ਬਾਕੀ ਮੈਂ ਉਹ ਵਿਊ ਕੈਪਚਰ ਨਹੀਂ ਕਰ ਪਾਇਆ। ਹੁਣ ਚੱਲੀਏ, ਉੱਤੇ ਨੂੰ ਜਾਣਾ ਪੈਣਾ। ਕਿਆ ਬਾਤ ਹੈ, ਇਹ ਵੈਸੇ ਤਾਂ ਆਟੋਮੈਟਿਕ ਨੇ, ਇੰਨਾ ਮੈਨੂਅਲ ਕਰ ਛੜੇ ਨੇ। ਬੰਦਾ ਮੈਨੂੰ ਆਉਂਦਾ ਕਿ ਮੈਂ ਬਹੁਤ ਵਾਰੀ ਆਇਆ ਇੱਥੇ, ਹੁਣ ਆਉਂਦਾ ਮੈਨੂੰ ਇਹ ਨਹੀਂ ਪਤਾ ਟਾਈਮ ਕਿੰਨਾ ਕੁ ਲੱਗਣਾ। ਸਾਊਥ ਟਾਵਰ, RBC ਬੈਂਕ ਅਤੇ RBC ਵਾਲਿਆਂ ਦਾ ਆਈ ਥਿੰਕ ਇੱਧਰ ਜ਼ਿਆਦਾ ਹੈ। ਚਲੋ ਚਲੋ ਜੀ ਚਲੋ, ਤਾਂ ਨਹੀਂ ਪਤਾ ਬੂਆ ਕਿਤੇ। ਓ ਵਾਓ ਕਿਆ ਬਾਤ ਏ, ਇਹਨੂੰ ਕਹਿੰਦੇ ਆ ਫਿਰ ਆ ਜੇ ਟੋਰੋਂਟੋ ਮਿੱਤਰੋ, ਕਿਆ ਬਾਤ ਹੈ। ਲਓ ਜੀ ਫਾਈਨਲੀ ਆਪਾਂ ਆ ਗਏ ਹਾਂ ਟੋਰੋਂਟੋ, ਐਂਡ ਜਿਹੜਾ ਇੱਥੋਂ ਦਾ ਵਿਊ ਏ ਸੱਚੀ 'ਚ ਬਹੁਤ ਜ਼ਿਆਦਾ ਘੈਂਟ ਏ। ਮੈਂ ਤੁਹਾਨੂੰ ਬੈਕਗਰਾਊਂਡ ਵਿਊ ਵਿਖਾਉਣਾ, ਅਜੇ ਕਿਤੇ ਤਾਂ ਰੀਲ ਛੱਡੋ ਤੁਸੀਂ, ਫੋਟੋਆਂ ਹੀ ਬਹੁਤ ਆਦਤਾਂ ਆਉਣਗੀਆਂ। ਸੋਈ ਮੰਜ਼ਿਲਾਂ ਆਖਾਂਗਾ ਉੱਤੇ, ਵੇਖ ਚੈੱਕ ਕਰਿਓ ਮਾੜਾ ਜਿਹਾ ਵਾਲਾ ਵਿਊ, ਤੁਸੀਂ ਚੈੱਕ ਕਰੋ ਕਿਆ ਬਾਤ ਏ, ਸੱਚੀ 'ਚ ਬਹੁਤ ਸੋਹਣਾ ਹੈ ਜੇ ਮੈਂ ਆਖਾਂ। ਮੇਰੇ ਤਾਂ ਸੱਚੀ ਬਹੁਤ ਜ਼ਿਆਦਾ ਬਿਊਟੀਫੁੱਲ ਲੱਗਾ ਆਹ ਬਿਲਡਿੰਗ, ਮੈਨੂੰ ਬਹੁਤ ਜ਼ਿਆਦਾ ਬਿਊਟੀਫੁੱਲ ਲੱਗੀ। ਕਿਆ ਬਾਤ ਏ ਯਾਰ, ਮੈਂ ਨਾ ਇੰਨੀਆਂ ਬਿਲਡਿੰਗਾਂ ਕਵਰ ਨਹੀਂ ਕਰ ਸਕਦਾ ਜਿੰਨੇ ਜਿੰਨੇ ਉੱਚੀਆਂ ਇੱਥੇ ਬਿਲਡਿੰਗਾਂ ਨੇ। ਮੈਂ ਫਸਟ ਟਾਈਮ ਆਪਣੀ ਲਾਈਫ 'ਚ ਇੰਨੀਆਂ ਉੱਚੀਆਂ ਬਿਲਡਿੰਗਾਂ ਵੇਖੀਆਂ ਨੇ, ਮੈਂ ਸਰੀ 'ਚ ਵੇਖੀਆਂ ਨੇ ਉਵੇਂ ਤਾਂ, ਬਟ ਜਿਹੜੀ ਇਹ ਬਿਊਟੀ ਏ ਇਹ ਡਿਫਰੈਂਟ ਲੈਵਲ ਦੀ ਏ। ਤੁਸੀਂ ਚੈੱਕ ਕਰੋ ਯਾਰ, ਕਿਆ ਬਾਤ ਏ, ਜਮਾਂ ਹੀ ਕੱਚੋ ਕੱਚ ਹੋਇਆ ਪਿਆ ਕੰਮ ਤੁਹਾਡਾ, ਸੈੱਟ ਆ ਯਾਰ ਕੰਮ। ਹੁਣ ਇੱਥੇ ਇੱਕ ਦੋ ਫੋਟੋਆਂ ਖਿਚਾਉਂਦੇ ਹਾਂ, ਰੀਲ ਰੂਲ ਬਣਾਉਂਦੇ ਹਾਂ, ਫਿਰ ਹੁਣ ਵੇਖੀਏ ਸੀ ਐਨ ਟਾਵਰ ਕਿਵੇਂ ਦਾ ਹੋਏਗਾ, ਕਿ ਤੁਸੀਂ ਇੱਦਾਂ ਚੈੱਕ ਕਰ ਲਓ। ਚਲੋ ਹੁਣ ਚੱਲਦੇ ਹਾਂ, ਹੁਣ ਇਸ ਟਾਈਮ ਬਾਕੀ ਨਾ ਠੰਡ ਬਹੁਤ ਜ਼ਿਆਦਾ ਲੱਗਣ ਦੀ ਹੈ ਜੇ ਟ੍ਰੈਮ, ਠੀਕ ਆ। ਅਤੇ ਆਹ ਤਾਂ ਤੁਸੀਂ ਹੁਣ ਵਿਊ ਚੈੱਕ ਕਰ ਹੀ ਲਿਆ, ਗੱਲਾਂ ਛੱਡੋ, ਹੁਣ ਆਇਆ ਅਸਲੀ ਵਿਊ ਜਿਹੜਾ ਮੈਂ ਅੱਖਾਂ ਤੋਂ ਵੇਖਣ ਦਿਆਂ ਵਾਂ, ਉਹ ਵਾਲਾ ਵਿਊ ਹੁਣ ਸ਼ੋ ਹੁੰਦਿਆ ਕੈਮਰੇ 'ਚ। ਵਾਓ ਆਓ, ਉਹ ਯਾਰ ਤਾਂ ਪੱਕਾ ਹੀ ਸ਼ੈ ਲੱਗਾ, ਆਪਾਂ ਇਹਨੂੰ ਪ੍ਰੈਸ ਕਰ ਸਕਦੇ ਹਾਂ। ਆਓ ਘੁੰਮਦੇ ਟੋਰੋਂਟੋ ਕਦੇ ਐਲੇ, ਬੰਦੇ ਸਾਰੀ ਦੁਨੀਆ 'ਚ ਫੈਲੇ। ਉਹ ਪੀ ਆਰ ਕੁਆਲਿਟੀ ਵਧੀਆ ਆਉਂਦੀ ਹੋਏ, ਬਾਕੀ ਤੁਸੀਂ ਚੈੱਕ ਕਰੋ। ਵੈਂਕੂਵਰ ਨਾਲੋਂ ਜ਼ਿਆਦਾ ਸੋਹਣਾ ਨਾ ਮੈਨੂੰ ਟੋਰੋਂਟੋ ਲੱਗੀ ਜਾਣ ਦਿਆ। ਬਾਕੀ ਗੱਲਾਂ ਤਾਂ ਦੂਰ ਦੀਆਂ, ਬਸ ਹਜੇ ਤੱਕ ਤਾਂ ਆਹੀ ਇੰਜੋਏ ਕਰਨ ਦੇ ਹਾਂ।
ਬਿਲਡਿੰਗਾਂ ਨੂੰ ਵੇਖ ਵੇਖ ਕੇ। ਬਾਕੀ ਆ ਨਹੀਂ ਪਤਾ ਇਹ ਕੁੱਤੇ ਬਣਾਏ ਨੇ, ਭੇਡਾਂ ਬਣਾਈਆਂ ਨੇ, ਕੀ ਬਣਾਇਆ ਇਹਨਾਂ ਨੇ, ਬਟ ਬਣਾਏ ਕਿਹਨੇ ਇਹ ਮੈਨੂੰ ਵੀ ਨਹੀਂ ਪਤਾ। ਓ ਵਾਓ, ਇੱਥੋਂ ਕੀ ਬਿਊਟੀ ਵੇਖਣ ਦੀ ਮੈਂ ਤੁਹਾਨੂੰ ਵਿਖਾਉਂਦਾ। ਆਓ ਯਾਰ ਆਹ ਬਿਊਟੀ ਚੈੱਕ ਕਰੋ ਤੁਸੀਂ ਇੱਕ ਵਾਰ, ਕੀ ਗੱਲਾਂ ਨੂੰ ਗੋਲੀ ਮਾਰੋ, ਆਹ ਚੈੱਕ ਕਰੋ ਮਾੜਾ ਜਿਹਾ ਵਿਊ। ਚੈੱਕ ਕਰੋ ਆ ਜੇ ਸੀਐਨ ਟਾਵਰ ਐਕੁਆਰੀਅਮ ਕੈਨੇਡਾ, ਠੀਕ ਹੈ। ਅਤੇ ਆਪਾਂ ਇਸ ਟਾਈਮ ਟੋਰੋਂਟੋ 'ਚ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ, ਸੋ ਚੱਲਦੇ ਹਾਂ। ਇੱਥੋਂ ਥੋੜ੍ਹਾ ਜਿਹਾ ਵੇਖ ਰਿਹਾ ਉਹ ਰਿਹਾ, ਹੁਣ ਚੱਲੀਏ ਐਂਡ ਵੇਖੀਏ ਕਿਵੇਂ ਦਾ ਇਹ, ਕੀ ਬਾਤ ਹੈ। ਤੁਸੀਂ ਪਹਿਲਾਂ ਕਦੀ ਆਏ ਹੋ ਇੱਥੇ? ਅੱਛਾ ਪਹਿਲੇ ਆਏਗਾ ਵੀ? ਇਹ ਬਹੁਤ ਵਾਰੀ ਆਇਆ, ਤੈਨੂੰ ਰਾਹ ਹੀ ਨਹੀਂ ਪਤਾ। ਤੁਹਾਨੂੰ ਸਾਈਡ ਲੁੱਕ ਵਿਖਾਵਾਂ, ਵਿਖਾ ਦਿੰਦੇ ਹਾਂ, ਚਲੋ ਰੁਕੋ ਬਾਬੇ। ਆਹ ਚੈੱਕ ਕਰੋ ਆ ਜੇ ਸੀਐਨ ਟਾਵਰ, ਚੱਲਦੇ ਹਾਂ ਇਹਦੀ ਫਰੰਟ ਸਾਈਡ ਜਿੱਥੋਂ ਇਹਦਾ ਵਧੀਆ ਵਿਊ ਆਏਗਾ। ਸਿਰ ਫੜ ਕੇ ਬਹਿ ਗਿਆ, ਮੈਨੂੰ ਆਪਣੇ ਚੈਨਲ ਦੀ ਦੁੱਖ ਦਰਦ ਦੱਸੀ, ਮੈਂ ਕਿਹਾ ਮੇਰੇ ਚੈਨਲ ਨਹੀਂ ਚੱਲ ਰਿਹਾ। ਇਹ ਕਹਿੰਦਾ ਕੋਈ ਨਹੀਂ ਮੈਂ ਤੇਰੇ ਲਈ ਟੈਨਸ਼ਨ ਲੈਂਦਾ, ਤੂੰ ਟੈਨਸ਼ਨ ਨਾ ਲੈ ਮੇਰੇ ਵੀਰ, ਚੰਗਾ ਵੀਰ ਮਿਲਾਂਗੇ ਬਾਅਦ 'ਚ। ਆ ਜੇ ਸੀਐਨ ਟਾਵਰ ਬਿਊਟੀ ਆਫ ਟੋਰੋਂਟੋ ਜਾਂ ਕੈਨੇਡਾ ਕਹਿ ਦਈਏ। ਉਸ ਸਾਈਡ ਵੀ ਬਹੁਤ ਸੋਹਣੇ ਸੋਹਣੇ ਬਣਾਇਆ ਹੋਇਆ। ਫਾਈਨਲੀ ਆਪਾਂ ਪਹੁੰਚ ਗਏ ਹਾਂ ਸੀਐਨ ਟਾਵਰ। ਸੋ ਮੈਨੂੰ ਬਹੁਤ ਖੁਸ਼ੀ ਵੀ ਆਉਂਦੀ ਅੰਦਰੋਂ ਐਂਡ ਬਹੁਤ ਐਕਸਾਈਟਿਡ ਵੀ ਹਾਂ, ਕਿਉਂਕਿ ਮੇਰੇ ਲਈ ਕੋਈ ਨਵੀਂ ਚੀਜ਼ ਆ ਲਾਈਫ 'ਚ। ਬਾਕੀ ਆਪਾਂ ਜ਼ਿਆਦਾ ਬੋਲਦੇ ਨਹੀਂ, ਮੈਂ ਤੁਹਾਨੂੰ ਕਹਿੰਦਾ ਬਹੁਤ ਬਿਊਟੀਫੁੱਲ ਆ। ਆਹ ਚੈੱਕ ਕਰੋ, ਵਾਓ। ਸੋ ਇਹ ਆ ਸੀਐਨ ਟਾਵਰ, ਇੱਕ ਆਹ ਵੀ ਬਹੁਤ ਸੋਹਣਾ ਬਣਾਇਆ ਹੋਇਆ, ਚਿੜੀ ਲਟਕੀ ਹੋਈ ਹੈ ਇਹਦੇ ਨਾਲ। ਹਲੇ ਤਾਂ ਹੋਰ ਉੱਤੇ ਜਾਣਾ, ਉੱਤੋਂ ਸ਼ਹਿਰ ਦਾ ਹੋਰ ਵਿਊ ਵੇਖੂਗਾ। ਇੱਥੇ ਤਾਂ ਪੌੜੀਆਂ ਵੀ ਬੜੀਆਂ ਨੇ ਯਾਰ, ਬੰਦਾ ਤਾਂ ਪੌੜੀਆਂ ਚੜ੍ਹ ਚੜ੍ਹ ਹੀ ਥੱਕ ਜੇ। ਟਾਵਰ ਨੇ ਸਾਹ ਚੜ੍ਹਾ ਤਾ, ਇੰਨੀ ਦੂਰੋਂ ਆਏ ਆਪਾਂ ਇਹਨੂੰ ਵੇਖਣ। ਮੇਰੇ ਪਿੱਛੇ ਦਾ ਤੁਸੀਂ ਵਿਊ ਚੈੱਕ ਕਰ ਲਓ, ਇੱਦਾਂ ਹੀ ਬਹੁਤ ਘੈਂਟ ਆ ਮਜ਼ਾਕ ਤੋਂ ਹਟ ਕੇ ਯਾਰ, ਵੇਖਿਓ ਕਿਉਂ। ਅਤੇ ਬਾਕੀ ਜਿਹੜੀ ਰਹਿੰਦੀ ਗੱਲ, ਉਹ ਆਪਾਂ ਵੇਖਣਾ ਆ ਇਹਨੂੰ ਸੀਐਨ ਟਾਵਰ ਨੂੰ, ਠੀਕ ਆ। ਮੈਨੂੰ ਪਤਾ ਇਹਦੀ ਫੁੱਲ ਫੋਰਮ ਕੀ ਹੈ, ਕਿਵੇਂ ਬਣਾਇਆ ਗਾ, ਕੀ ਗੱਲ ਆ, ਬਟ ਫੇਮਸ ਆ, ਸੋ ਇਸ ਲਈ ਮੈਂ ਆ ਗਿਆ ਇੱਥੇ। ਇਹ ਜੇ ਟ੍ਰੇਨ ਸੋ ਆਪਾਂ ਆਏ ਹਾਂ ਇੱਥੇ, ਠੀਕ ਆ। ਇੱਧਰੋਂ ਆਪਾਂ ਅੰਦਰ ਤਾਂ ਨਹੀਂ ਚੱਲੇ, ਬਾਹਰ ਹੀ ਰਵਾਂਗੇ,
ਆਪਾਂ ਇੱਧਰੋਂ ਥੋੜੀਆਂ ਫੋਟੋਆਂ ਅਤੇ ਉਹ ਰੀਲਾਂ ਰੂਲਾਂ ਬਣਾ ਲਈਏ, ਕਿਉਂਕਿ ਬਾਹਰੋਂ ਵੀ ਉਹੀ ਵਿਊ ਹੋਣਾ, ਅੰਦਰੋਂ ਵੀ ਅੰਦਰ ਬਸ ਇਹ ਆ ਅੱਜ ਵੀ ਲਿਫਟ ਜਾਣ ਦੀ ਠੀਕ ਨਹੀਂ। ਤਾਂ ਟੋਪ ਵਿਊ ਬਹੁਤ ਘੈਂਟ ਹੋਊਗਾ ਆਈ ਥਿੰਕ, ਜਿੱਥੇ ਤੱਕ ਮੈਨੂੰ ਲੱਗਦਾ ਨਹੀਂ ਤਾਂ ਲੱਗਾ ਕੱਚ ਵਗੈਰਾ, ਟੋਪ ਦਾ ਵਿਊ ਇਹਦਾ ਸਾਰੇ ਸ਼ਹਿਰ ਦਾ ਆਉਂਦਾ ਹੋਣਾ ਵੀ। ਏਅਰ ਘੈਂਟ ਹੈ, ਬਾਕੀ ਤੁਸੀਂ ਚੈੱਕ ਕਰੋ ਸਾਰੀਆਂ ਬਿਲਡਿੰਗਾਂ ਨਾਲੋਂ ਨਾ ਜ਼ਿਆਦਾ ਉੱਚਾ ਹੈ, ਅਤੇ ਹਜੇ ਕਿ ਇੱਥੇ ਬਿਲਡਿੰਗਾਂ ਬਹੁਤ ਜ਼ਿਆਦੀਆਂ ਉੱਚੀਆਂ ਨੇ, ਫਿਰ ਵੀ ਇਹ ਸਾਰਿਆਂ ਨਾਲੋਂ ਜ਼ਿਆਦਾ ਉੱਚਾ ਹੈ। ਹੋਪ ਯਾਰ ਤੁਹਾਨੂੰ ਵਧੀਆ ਲੱਗਣ ਦਿਆ ਹੋਏਗਾ, ਮੈਨੂੰ ਪਤਾ ਨਹੀਂ ਹਜੇ ਚਾਹੀ ਬੜਾ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੈਨੂੰ ਕਵਰ ਕਿਵੇਂ ਕਰਾਂ। ਬਾਕੀ ਨਾ ਸੱਚਾਈ ਦੱਸਾਂ, ਬਹੁਤ ਸੋਹਣਾ ਟੋਰੋਂਟੋ, ਆਈ ਥਿੰਕ ਮੋਲ ਆ ਕੋਈ ਥੱਲੇ ਸੀ ਐਨ ਟਾਵਰ ਦੇ, ਬਾਕੀ ਆਲੇ ਦੁਆਲੇ ਹੁੰਦੇ ਸੀ ਐਨ ਟਾਵਰ ਦੇ ਸਾਈਡ 'ਚ ਆ ਗੋਲ ਗੋਲ ਹੈ। ਜੇ ਮੈਂ ਗੱਲ ਕਰਾਂ ਆਹ ਵੇਖੋ, ਆਹ ਸੀ ਐਨ ਟਾਵਰ ਜੇ ਟੋਪ 'ਤੇ, ਹੋ ਕਿਆ ਬਾਤ ਹੈ ਜੀ, ਆਹ ਪਤਾ ਨਹੀਂ ਨਾ ਕੀ ਬਣਾਇਆ ਹੋਇਆ, ਇਹ ਵੀ ਘੈਂਟ ਲੱਗ ਰਿਹਾ। ਆ ਗਿਆ ਹੁਣ ਦੂਜੇ ਪਾਸੇ, ਐਂਡ ਇਸ ਪਾਸਿਓ ਤੁਸੀਂ ਇਹਦਾ ਵਿਊ ਚੈੱਕ ਕਰੋ ਠੀਕ ਆ, ਅਤੇ ਹੋਰ ਦਿਖਾਉਣਾ, ਜਸਟ ਵੇਟ। LA ਟੂਰ CN ਟਾਵਰ ਆਹ ਵੇਖ ਲਓ, ਜਮਾਂ ਨੇੜੇ ਤੋਂ ਵਿਊ, ਇਸ ਪਾਸਿਓ ਤਾਂ ਜੇ ਐਵੇਂ ਦਾ ਓਕੇ। ਬਾਕੀ ਆ ਇੱਥੇ ਆਈ ਥਿੰਕ ਕੋਈ ਕੰਪਨੀ ਹੈ ਰੋਜਰ ਸੈਂਟਰਾਈਡ, ਉਹਨੂੰ ਕੀ ਆ ਜਿਵੇਂ ਇੱਥੇ ਭਾਪ ਨਿਕਲਣ ਦੀ ਉਹਨਾਂ ਲਾਈਟ ਲਾਈ ਬਹੁਤ ਸੋਹਣਾ ਲੱਗਣ ਦਿਆ, ਉਹਦੇ ਕਰਕੇ ਉੱਤੇ ਜਿਹੜਾ ਜਾਂਦਾ ਆਈ ਥਿੰਕ ਉਹਨੂੰ ਬਹੁਤ ਖਾਸ ਵੇਖਦਾ ਹੋਏਗਾ। ਹੁਣ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਵਿਖਾਉਣ ਲੱਗਿਆਂ ਜੋ ਕਿ ਮੈਨੂੰ ਲੱਗੀ ਬਹੁਤ ਘੈਂਟ, ਇਸ ਲਈ ਸੱਚ ਸੱਚ ਦੱਸਿਆ ਜੇ ਕਿ ਆਹ ਮੈਨੂੰ ਹੀ ਲੱਗਾ ਜਾਂ ਤੁਹਾਨੂੰ ਵੀ ਲੱਗ ਰਿਹਾ ਜਿਹੜੀ ਇਹ ਆਹ ਥੋਮਸ ਐਂਡ ਟ੍ਰੇਨ ਵਰਗੀ ਨਹੀਂ ਲੱਗਣ ਦੀ ਹੈਨਾ, ਅਤੇ ਮੈਨੂੰ ਤਾਂ ਭੁੱਖ ਦੀ ਯਾਦ ਆ ਗਈ ਜਦੋਂ ਛੋਟੇ ਹੁੰਦੇ ਵੇ ਕਿਦਾਂ ਹੁੰਦਾ ਸੀ ਨਾ, ਅਤੇ ਆਲੇ ਸੇਮ ਐਵੇਂ ਦੀ ਹਨ, ਜਿਹੜਾ ਦੂਜਾ ਸੀ ਉਹ ਤਾਂ ਜਮਾਂ ਥੋਮਸ ਐਂਡ ਟ੍ਰੇਨ ਵਾਲਾ ਸੀ, ਅਤੇ ਆਹ ਜਿਵੇਂ ਡੱਬਾ ਪਿਆ ਹੋਇਆ ਇੱਕ ਆਹ ਰੇਲਵੇ ਦਾ ਮਿਊਜ਼ੀਅਮ ਹੈ, ਇੱਥੇ ਨਾ ਸਾਰੇ ਰੇਲਵੇ ਦਾ ਬਣਿਆ ਹੋਇਆ, ਜਿਵੇਂ ਇੱਥੇ ਇਨਫੋਰਮੇਸ਼ਨ ਵੀ ਲਿਖੀ ਹੋਈ ਹੈ ਕਿਵੇਂ ਕੀ ਚੱਲਦਾ ਹੁੰਦਾ ਸੀ, ਅਤੇ ਆਹ ਤਾਂ ਹੀ ਡੱਬੇ ਡੁੱਬੇ ਪਏ ਨੇ, ਮੈਂ ਹੁਣ ਰੀਡ ਕੀਤਾ ਸਭ ਕੁਛ, ਅਤੇ ਬਾਕੀ ਜੇ ਕਿਸੇ ਨੇ ਪੜ੍ਹਨਾ ਹੋਇਆ ਤਾਂ ਇਹਦਾ ਸਕਰੀਨਸ਼ੋਟ ਲੈ ਲਿਓ ਐਂਡ ਪੜ੍ਹ ਲਿਆ ਜੀ ਓਕੇ। ਬਾਕੀ ਯਾਰ ਮੈਂ ਇਹਦੇ ਥੰਬਨੇਲ ਬਣਾਉਣ ਦੀ ਸੋਚਣ ਦਿਆ ਸੀ, ਥੰਬਨੇਲ ਬਣ ਨਹੀਂ ਪਾਇਆ, ਤੁਸੀਂ ਐਂਜੀ ਬਿਊਟੀ ਚੈੱਕ ਕਰ ਲਓ, ਵਾਓ ਠੀਕ ਆ। ਹੁਣ ਵੇਖਣਾ ਮੈਂ ਥੰਬਨੇਲ ਕਿੱਥੋਂ ਕਵਰ ਕਰਾਂਗਾ, ਥੰਬਨੇਲ ਮੇਰਾ ਕਿਤੋਂ ਵੀ ਨਹੀਂ ਆ ਰਿਹਾ, ਕਿ ਮੈਂ ਇਹ ਵਾਲੇ ਦੀ ਗੱਲ ਕਰਦਾ ਹਾਂ, ਲੱਗਦਾ ਨਾ ਥੋਮਸ ਐਂਡ ਫ੍ਰੈਂਡਸ ਵਰਗਾ। ਆਹ ਲਾਈਟਾਂ ਚੈੱਕ ਕਰੋ, ਇੱਥੇ ਆਪਾਂ ਇੱਕ ਦੋ ਫੋਟੋਜ਼ ਕਰਾਉਂਦੇ ਹਾਂ ਕਿਉਂਕਿ ਆਹ ਲਾਈਟਨਿੰਗ ਬਹੁਤ ਅੱਛੀ ਇੱਥੇ। LA ਟੂਰ CN ਟਾਵਰ ਫਿਰ ਮੈਂ ਇੱਥੇ ਹੀ ਹੁਣ ਬਣਾ ਲੂੰਗਾ ਕਿਉਂਕਿ ਹੋਰ ਤਾਂ ਮੈਨੂੰ ਕੋਈ ਲੱਭਾ ਨਹੀਂ। ਵਾਓ ਆਹ ਕਿੱਡੀਆਂ ਸੋਹਣੀਆਂ ਬਣੀਆਂ ਨੇ, ਬੜੀਆਂ ਵੱਡੀਆਂ ਵੱਡੀਆਂ ਪੌੜੀਆਂ ਨੇ ਹੈਨਾ, ਸੀ ਕਿੰਨੀ ਬਿਊਟੀਫੁੱਲ ਬਣੀਆਂ ਨੇ ਨਾ, ਵਾਓ ਮੈਂ ਪਹਿਲੀ ਵਾਰੀ ਇਵੇਂ ਦੀ ਆਰਟ ਵੇਖੀ, ਬਹੁਤ ਬਿਊਟੀਫੁੱਲ ਲੱਗਣ ਦੀ ਹੈ। ਅਤੇ ਅੱਗੇ ਲਿਖਿਆ ਹੋਇਆ LA ਟੂਰ CN ਟਾਵਰ, ਸਕੈਨ ਕਰਕੇ ਟੈਗ ਇਹਨਾਂ ਨੂੰ ਕਰਨਾ ਓਕੇ। ਨੋਸ ਫਿਲਟਰਸ ਇੰਸਟਾਗ੍ਰਾਮ, ਟਰਾਈ ਅਵਰ ਇੰਸਟਾਗ੍ਰਾਮ ਫਿਲਟਰ ਓਕੇ, ਇਹਨਾਂ ਦਾ ਫਿਲਟਰ ਆਪਾਂ ਟਰਾਈ ਕਰਨਾ ਆ। ਅਤੇ
ਆਪਾਂ ਜਮਾਂ ਦੇ ਥੱਲੇ ਖੜੇ ਹਾਂ, ਠੀਕ ਆ, 2x ਦਿਖਾਵਾਂ, ਰੰਗ ਇਹਦੇ ਚੇਂਜ ਹੁੰਦੇ ਰਹਿੰਦੇ ਨੇ ਅਤੇ ਸਾਰੇ ਜਾਣੇ ਇੱਥੇ ਫੋਟੋ ਫੋਟੋ ਕਲਿੱਕ ਕਰਵਾਉਂਦੇ ਨੇ ਐਂਡ ਬਾਕੀ ਬਹੁਤ ਸੋਹਣੀ ਫੋਟੋ ਆਈ ਸਾਡੀਆਂ ਵੀ, ਅਸੀਂ ਵੀ ਖਿੱਚ ਲਈਆਂ ਨੇ। ਹੁਣ ਚੱਲਦੇ ਹਾਂ ਅਪਸਟੇਅਰਸ। ਆਹ ਪਤਾ ਨਹੀਂ ਮਧੂਮੱਖੀ ਬਣਾਈ ਹੈ, ਬਹੁਤ ਸੋਹਣੀ ਹੈ। ਆਹ ਤਿੱਤਲੀ ਹੋ ਗਈ, ਇਹ ਵੀ ਬਹੁਤ ਸੋਹਣੀ ਆ, ਬਿਊਟੀ ਡਿਫਰੈਂਟ ਲੈਵਲ 'ਤੇ ਆ। ਇਹ ਵਿਚਾਰਾ ਕਿੱਥੇ ਚੜ੍ਹ ਕੇ ਖਲੋਤਾ, ਕਿਆ ਹੋਆ ਓਏ, ਕਿਆ ਹੋ ਗਿਆ ਤੇਰੇ ਕੋਲ? ਹੈਂ, ਆਹ ਸੀ ਮੇਰੇ ਪਿੱਛੇ ਸੀਐਨ ਟਾਵਰ। ਬਾਕੀ ਤੁਸੀਂ ਬਿਊਟੀ ਸਾਰੀ ਚੈੱਕ ਕਰ ਲਈ, ਹੁਣ ਆਪਾਂ ਚੱਲੇ ਹਾਂ ਦੂਜੀ ਲੋਕੇਸ਼ਨ 'ਤੇ। $100 ਪਰ ਪਰਸਨ ਲੱਗਦੇ ਨੇ। ਸੋ ਆਹ ਸਾਜੇ, ਹੁਣ ਥੋੜ੍ਹਾ ਜਿਹਾ ਚੈਨ ਮਿਲਿਆ ਅੰਦਰ ਆ ਕੇ। ਮੇਰੇ ਹੱਥ ਵੇਖ ਲਓ ਕਿਵੇਂ ਲਾਲ ਲਾਲ ਹੋ ਗਏ ਨੇ, ਠੰਡ ਬਹੁਤ ਲੱਗੀ ਆ ਤੁਹਾਨੂੰ। ਇੱਥੇ ਬਿਊਟੀ ਵੀ ਬਹੁਤ ਘੈਂਟ ਵਿਖਾਉਂਦੀ ਹੈ, ਸ਼ਾਂਤੀ ਵੀ ਥੋੜ੍ਹੀ ਜਿਹੀ ਪਈ ਹੈ ਕਿਉਂਕਿ ਇੱਥੇ ਥੋੜ੍ਹੀ ਜ਼ਿਆਦਾ ਹੀਟ ਆ। ਐਂਡ ਉਹ ਮੈਂ ਬਾਕੀ ਆ, ਤੁਸੀਂ ਚੈੱਕ ਕਰ ਹੀ ਲਵੋ। ਹੁਣ ਚੱਲਦੇ ਹਾਂ ਥੱਲੇ, ਪੌੜੀਆਂ ਬਹੁਤ ਨੇ ਯਾਰ ਇੱਕ ਤਾਂ ਇੱਥੇ। ਸੋ ਆਪਾਂ ਅੱਗੇ ਹਾਂ ਇੱਕ ਸਟੇਸ਼ਨ 'ਤੇ ਜੋ ਕਿ ਬਹੁਤ ਜ਼ਿਆਦਾ ਬਿਊਟੀਫੁਲ ਹੈ ਸੀ। ਅੰਕੁਸ਼ ਆਪ ਕਹਾਂ ਜਾ ਰਹੇ ਹਾਂ? ਆਪਾਂ ਪਤਾ ਮੈਨੂੰ ਵੀ ਨਹੀਂ, ਜਾ ਕਰ ਰਹੇ ਹੈ ਬਤਾ ਦੇ ਯਾਰ ਮਜ਼ਾਕ ਸਿੱਟ ਕੇ। ਬਾਈ ਮੈਂ ਆ ਗਿਆ ਇੱਕ ਦੂਜੀ ਲੋਕੇਸ਼ਨ 'ਤੇ ਜਿਹੜੀ ਮੈਂ ਤੁਹਾਨੂੰ ਆਖੀ ਸੀ, ਨਾਲ ਲੈ ਲਈ ਆਪਾਂ ਟਿਮ ਦੀ ਚਾਹ ਕੈਪਚੀਨੋ। ਬਾਕੀ ਆਪਣੀ ਆਪਣੀ ਪਸੰਦ ਹੁੰਦੀ ਹੈ। ਮੇਰੇ ਪਿੱਛੇ ਤੁਸੀਂ ਵਿਊ ਚੈੱਕ ਕਰ ਲਓ ਕਿਵੇਂ ਦਾ ਆ, ਠੀਕ ਆ। ਇਹ ਤੁਹਾਨੂੰ ਮੈਂ ਨੋਰਮਲ ਵਿਊ ਵਿਖਾਵਾਂ, ਅਤੇ ਆਹ ਚੈੱਕ ਕਰੋ ਇੱਥੇ ਸਕਰੀਨਾਂ ਹੀ ਸਕਰੀਨਾਂ ਨੇ ਸਾਰੇ, ਚਾਰ ਚੁਫੇਰੇ ਜਿੱਧਰ ਆਪਾਂ ਵੇਖੀਏ ਉੱਧਰ ਹੀ ਸਕਰੀਨਾਂ ਨੇ। ਕਿਆ ਬਾਤ ਹੈ, ਵਾਈਡ 'ਚ ਵਿਖਾ ਦਿੰਦਾ ਮੈਂ, ਚੈੱਕ ਕਰੋ ਮਾੜਾ ਜਿਹਾ। ਆਈ ਹੋਪ ਯਾਰ ਤੁਹਾਨੂੰ ਵਲੋਗ ਵਧੀਆ ਲੱਗਣ ਦਿਆ ਹੋਏਗਾ। ਇਹਦੇ ਆਪਣੀ ਚਾਹ 'ਚੋਂ ਇੰਜੋਏ ਕਰਦੇ ਪਏ ਨੇ। ਮੈਂ ਤੁਹਾਨੂੰ ਹੋਰ ਚੀਜ਼ਾਂ ਵਿਖਾਉਣਾ। ਆ ਪਿੱਛੇ ਬੱਸ ਵੇਖੋ, ਇਹ ਵਾਲੀ ਸੜਕਾਂ 'ਤੇ ਜਿਹੜੀ ਚੱਲਦੀ ਜਿਵੇਂ ਲੰਡਨ 'ਚ ਚੱਲਦੀ ਹੁੰਦੀ ਨਾ, ਉਵੇਂ ਚੱਲਣ ਦੀ ਆ। ਆਈ ਡੋਂਟ ਨੋ ਇਹਨੂੰ ਕੀ ਕਹਿੰਦੇ ਆ। ਆਹ ਵੇਖੋ, ਚੈੱਕ ਕਰੋ ਮਾੜਾ ਜਿਹਾ, ਅਤੇ ਤੁਸੀਂ ਵਿਊ ਵੇਖੋ ਯਾਰ। ਬਹੁਤ ਘੈਂਟ ਲੱਗੀਆਂ ਜਗਾਵਾਂ। ਸੋ ਦੀਦੀ ਨੂੰ ਪੁੱਛਦੇ ਹਾਂ ਕਿਵੇਂ ਦੀ ਲੱਗੀਆਂ ਜਗਾਵਾਂ। ਘੈਂਟ ਹੀ, ਡਿਫਰੈਂਟ ਹੀ ਹੈ ਨਾ। ਔਰ ਅੰਕੁਸ਼ ਤੂੰ ਕਿਤਨੀ ਵਾਰ ਆਇਆ ਯਹਾਂ ਪੇ? 10? ਪਤਾ ਨਹੀਂ, ਮੈਂ ਜਦੋਂ ਦਾ ਵਲੋਗ ਸ਼ੁਰੂ ਕੀਤਾ ਮੈਨੂੰ ਤਾਂ ਆਹ ਸੁਪਰ ਕਾਰਾਂ ਹੀ ਵਿਖਰਦੀਆਂ ਨੇ। ਆਈ ਥਿੰਕ ਆਹ ਫਰਾਰੀ ਹੈ। ਵਾਓ, ਮੈਂ ਆਪਣੀ ਲਾਈਫ 'ਚ ਪਹਿਲੀ ਵਾਰੀ ਫਰਾਰੀ ਵੇਖਣ ਦਿਆਂ। ਹੁਣ ਮੈਂ ਦੂਜੇ ਫੋਨ 'ਚ ਬਣਾਉਣ ਦਿਆਂ, ਤੁਸੀਂ ਸਾਰਾ ਵਿਊ ਵਿਆਹ ਚੈੱਕ ਕਰ ਲਓ, ਬਹੁਤ ਹੀ ਬਿਊਟੀਫੁੱਲ ਵਿਊ ਹੈ। ਐਂਡ ਇੱਥੋਂ ਦੀਆਂ ਸਾਊਂਡਾਂ ਵੀ ਚੈੱਕ ਕਰ ਲਓ ਜੇ ਆਉਂਦੀਆਂ ਹੋਣ। ਹਰ ਜਗ੍ਹਾ ਸਕਰੀਨਾਂ ਲੱਗੀਆਂ ਨੇ। ਉਹ ਆਹ ਵਾਲੀਆਂ ਬੱਸਾਂ ਜੀਆਂ, ਬੱਸਾਂ ਕਹੀਏ ਇਹਨਾਂ ਨੂੰ, ਟ੍ਰੇਨਾਂ ਕਹੀਏ, ਟ੍ਰੈਮ ਸ਼ਾਇਦ ਕਹਿੰਦੇ ਆ ਇਹਨਾਂ ਨੂੰ, ਇਹ ਇੱਥੇ ਚੱਲਦੀਆਂ ਨੇ ਜ਼ਿਆਦਾਤਰ, ਹੈ ਨਾ। ਤੁਸੀਂ ਵਿਊ ਚੈੱਕ ਕਰ ਲਿਆ, ਠੀਕ ਆ, ਅਤੇ ਹੁਣ ਆਪਾਂ ਵੀ ਇੱਕ ਦੋ ਵੀਡੀਓ ਇੱਥੇ ਬਣਵਾਵਾਂਗੇ। ਸੱਚੀ ਜੀ ਯਾਰ ਬਹੁਤ ਬਿਊਟੀਫੁੱਲ ਜਗ੍ਹਾ ਲੱਗੀ ਮੈਨੂੰ, ਬਹੁਤ ਹੀ ਡਿਫਰੈਂਟ ਆ। ਕੁਛ ਨਾ ਕੁਛ ਆਪਣੀ ਲਾਈਫ 'ਚ ਡਿਫਰੈਂਟ ਆਪਾਂ ਨੂੰ ਵੇਖਣਾ ਚਾਹੀਦਾ। Yo!
ਬਾਕੀ ਬਹੁਤ ਘੈਂਟ ਸੀ। ਆ ਕਾੜਿਆ ਤੁਸੀਂ ਚੈੱਕ ਕਰ ਲਿਓ ਇਹਨਾਂ ਦੀ ਕੀ ਆਈਡੀ ਆ। ਓ ਜੀ ਇੱਥੇ ਆਪਾਂ ਇੱਕ ਘੰਟਾ ਕਰ ਲਈ ਮਸਤੀ ਮੁਸਤੀ, 100 ਵੀਡੀਓ ਬਣਾ ਲਈਆਂ ਨੇ। ਹੁਣ ਆਪਾਂ ਚੱਲੇ ਆ ਮੋਲ ਵੱਲ, ਬੈਕਗ੍ਰਾਉਂਡ ਬਿਊਟੀ ਤਾਂ ਤੁਸੀਂ ਵੇਖ ਰਹੇ ਹੋ। ਪੈ ਜਾਓ ਵਾਸ਼ਿੰਗ ਮਸ਼ੀਨ 'ਚ। ਓ ਵਾਹ ਹੀਟਰ ਵੂਟਰ ਲੱਗਾ ਆ ਅੰਦਰ, ਕਿਆ ਬਾਤ ਹੈ। ਤੁਹਾਨੂੰ ਵਿਖਾ ਤਾ ਆਪਾਂ ਮੋਲ ਵੀ, ਸੋ ਹੁਣ ਬ੍ਰੈਟ ਪ੍ਰੂਫ ਲਾਈਏ ਅਤੇ ਚੱਲੀਏ। ਆਖਰੀ ਚੀਜ਼ ਵਿਖਾਉਂਦੇ ਤੁਹਾਨੂੰ, ਆਹ ਵੇਖੋ ਕਿੱਡੀ ਸੋਹਣੀ ਬਿਊਟੀ ਹੈ, ਬਹੁਤ ਘੈਂਟ ਲੱਗਾ। ਐਂਡ ਇੱਥੇ ਮੈਂ ਵਲੋਗ ਨੂੰ ਐਂਡ ਕਰਾਂਗਾ। ਸੋ ਆਈ ਹੋਪ ਤੁਸੀਂ ਅੱਜ ਦਾ ਵਲੋਗ ਇੰਜੋਏ ਕੀਤਾ ਹੋਏਗਾ। ਸੋ ਮੈਂ ਅੱਜ ਦਾ ਵਲੋਗ ਕਰਦਾ ਇੱਥੇ ਹੀ ਐਂਡ। ਹੁਣ ਆਪਾਂ ਪਹੁੰਚ ਗਿਆ ਬ੍ਰੈਂਪਟਨ। ਜੇ ਵਲੋਗ ਲੱਗਾ ਵਧੀਆ ਤਾਂ ਲਾਈਕ ਕਰ ਦਿਓ, ਕਮੈਂਟ ਕਰ ਦਿਆ ਜੀ, ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਮਾਈ ਚੈਨਲ। ਚੰਗਾ ਬਾਏ।